ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ ਵੱਖ ਮੰਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸਰਗਰਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਈਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸੈਨਾਨੀ ਅਤੇ ਲੋਕ ਸਭਾ ਦੇ ਪਹਿਲੇ ਸਪੀਕਰ ਗਣੇਸ਼ ਮਾਵਲੰਕਰ ਅਤੇ ਪ੍ਰਸਿੱਧ ਹਿੰਦੀ ਕਵੀ ਹਰਿਵੰਸ਼ ਰਾਏ ਬੱਚਨ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਇੱਕ ਰਿਪੋਰਟ। ਅੱਜ ਅਸੀਂ ਸੁਤੰਤਰਤਾ ਸੈਨਾਨੀ ਅਤੇ ਲੋਕ ਸਭਾ ਦੇ ਪਹਿਲੇ ਸਪੀਕਰ ਗਣੇਸ਼ ਮਾਵਲੰਕਰ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਦਾ ਜਨਮ 27 ਨਵੰਬਰ 1888 ਨੂੰ ਹੋਇਆ ਸੀ। ਇੱਕ ਨਵੇਂ ਬਣੇ ਰਾਸ਼ਟਰ ਦੀ ਪਹਿਲੀ ਲੋਕ ਸਭਾ ਦੇ ਸਪੀਕਰ ਦੇ ਰੂਪ 'ਚ ਮਾਵਲੰਕਰ ਦੀ ਭੂਮਿਕਾ ਇੱਕ ਵਿਚੋਲਗੀ ਅਤੇ ਇਸ ਦੀ ਕਾਰਵਾਈ ਦੇ ਸੂਤਰਧਾਰ ਦੀ ਨਹੀਂ ਸੀ, ਬਲਕਿ ਇੱਕ ਰਾਸ਼ਟਰਵਾਦ ਅਤੇ ਸੰਸਥਾਗਤ ਦੀ ਸੀ, ਜਿਸ 'ਤੇ ਭਾਰਤ ਦੇ ਸੱਭਿਆਚਾਰ ਦੇ ਅਨੁਕੂਲ ਨਿਯਮਾਂ, ਪ੍ਰਤੀਕਿਰਿਆ, ਪਰੰਪਰਾਵਾਂ ਅਤੇ ਰੀਤੀ ਰਿਵਾਜ਼ਾਂ ਨੂੰ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਸੀ। ਗੁਜਰਾਤ ਦੇ ਬੜੌਦਾ 'ਚ ਪੈਦਾ ਹੋਏ ਮਾਵਲੰਕਰ ਪੇਸ਼ੇ ਤੋਂ ਵਕੀਲ ਸਨ। ਸਮਾਜਿਕ ਕਾਰਜਾਂ ਵਿੱਚ ਵੀ ਉਹਨਾਂ ਦੀ ਗਹਿਰੀ ਰੁਚੀ ਸੀ, ਜਿਸ ਕਾਰਨ ਉਹ ਸਰਦਾਰ ਵੱਲਭ ਭਾਈ ਪਟੇਲ ਤੇ ਮਹਾਤਮਾ ਗਾਂਧੀ ਵਰਗੇ ਪ੍ਰਸਿੱਧ ਰਾਸ਼ਟਰੀ ਨੇਤਾਵਾਂ ਦੇ ਸੰਪਰਕ ਵਿੱਚ ਆਏ। ਉਹਨਾਂ ਨੇ 1930-40 ਦੇ ਦਹਾਕੇ ਵਿੱਚ ਗੁਜਰਾਤ ਵਿੱਚ ਸੁਤੰਤਰਤਾ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਈ। ਉਹ ਕਈ ਵਾਰ ਜੇਲ੍ਹ ਗਏ, ਲਗਭਗ 6 ਸਾਲ ਜੇਲ੍ਹ ਵਿੱਚ ਬਿਤਾਏ। ਮਾਵਲੰਕਰ ਨੇ ਲਗਭਗ 2 ਦਹਾਕੇ ਤੱਕ ਖੁਦ ਨੂੰ ਅਹਿਮਦਾਬਾਦ ਨਗਰ ਪਾਲਿਕਾ ਲਈ ਸਮਰਪਿਤ ਕਰ ਦਿੱਤਾ। ਉਹ 1937 ਵਿੱਚ ਅਹਿਮਦਾਬਾਦ ਸ਼ਹਿਰ ਦੀ ਪ੍ਰਤੀਨਿਧਤਾ ਕਰਨ ਵਾਲੀ ਉਸ ਵੇਲੇ ਬੰਬੇ ਵਿਧਾਨ ਸਭਾ ਲਈ ਚੁਣੇ ਗਏ। ਉਹਨਾਂ ਨੂੰ 1946 ਵਿੱਚ ਕੇਂਦਰੀ ਵਿਧਾਨ ਸਭਾ ਦਾ ਪ੍ਰਧਾਨ ਚੁਣਿਆ ਗਿਆ ਸੀ। ਮਾਵਲੰਕਰ 17 ਨਵੰਬਰ 1947 ਨੂੰ ਸੰਵਿਧਾਨ ਸਭਾ ਦੇ ਪ੍ਰਧਾਨ ਦੇ ਅਹੁਦੇ ਲਈ ਚੁਣਿਆ ਗਿਆ ਅਤੇ 26 ਨਵੰਬਰ 1949 ਨੂੰ ਸੁਤੰਤਰ ਭਾਰਤ ਦੇ ਸੰਵਿਧਾਨ ਨੂੰ ਅੰਗੀਕਾਰ ਕਰਨ ਦੇ ਨਾਲ ਮਾਵਲੰਕਰ ਆਰਜ਼ੀ ਸੰਸਦ ਦੇ ਸਪੀਕਰ ਬਣੇ ਤੇ 1952 ਵਿੱਚ ਪਹਿਲੀ ਲੋਕ ਸਭਾ ਦੇ ਗਠਨ ਤੱਕ ਸਪੀਕਰ ਦੇ ਅਹੁਦੇ ਤੇ ਬਣੇ ਰਹੇ। ਇਸ ਦੌਰਾਨ ਮਾਵਲੰਕਰ ਨੇ ਇਹ ਯਕੀਨੀ ਬਣਾਇਆ ਕਿ ਦੇਸ਼ ਵਿੱਚ ਪ੍ਰਤੀਨਿਧ ਸੰਸਦ ਦੇ ਸੁਚਾਰੂ ਕੰਮਕਾਰ ਲਈ 1951-52 ਵਿੱਚ ਪਹਿਲੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਜ਼ਰੂਰੀ ਨਿਯਮਾਂ, ਪ੍ਰਕਿਰਿਆਵਾਂ ਅਤੇ ਪਰੰਪਰਾਵਾਂ ਨੂੰ ਲਾਗੂ ਕੀਤਾ ਜਾਵੇ। ਇਸ ਲਈ ਕਿਸੇ ਨੂੰ ਹੈਰਾਨੀ ਨਹੀਂ ਹੋਈ ਜਦ 15 ਮਈ 1952 ਨੂੰ ਮਾਵਲੰਕਰ ਨੂੰ ਸੁਤੰਤਰ ਭਾਰਤ ਦੀ ਪਹਿਲੀ ਲੋਕ ਸਭਾ ਦੇ ਸਪੀਕਰ ਦੇ ਰੂਪ 'ਚ ਚੁਣਿਆ ਗਿਆ। ਮਾਵਲੰਕਰ ਨੇ ਲੋਕ ਸਭਾ ਸਪੀਕਰ ਦੇ ਰੂਪ 'ਚ ਆਪਣੇ ਕਾਰਜਕਾਲ ਸਮੇਂ ਦੌਰਾਨ ਕਈ ਨਵੇਂ ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਲਾਗੂ ਕੀਤਾ। ਉਹਨਾਂ ਨੇ ਨਵੀਆਂ ਸਥਿਤੀਆਂ ਦੇ ਅਨੁਸਾਰ ਮੌਜੂਦਾ ਨਿਯਮਾਂ ਅਤੇ ਪ੍ਰਕਿਰਿਆਵਾਂ 'ਚ ਤਬਦੀਲੀਆਂ ਵੀ ਕੀਤੀਆਂ। ਉਹਨਾਂ ਦੀ ਪਹਿਲ 'ਤੇ ਪ੍ਰਸ਼ਨਕਾਲ ਸੰਸਦੀ ਸੈਸ਼ਨ ਦਾ ਇੱਕ ਨਿਯਮਿਤ ਅਤੇ ਸਾਰਥਕ ਪਹਿਲੂ ਬਣ ਗਿਆ। ਸਰਕਾਰ ਨੂੰ ਸਹੀ ਮਾਇਨੇ 'ਚ ਸੰਸਦ ਦੇ ਪ੍ਰਤੀ ਜਵਾਬਦੇਹ ਬਣਾਉਣ ਲਈ ਅਲਪ ਸੂਚਨਾ ਪ੍ਰਸ਼ਨ ਅਤੇ 1/2 ਘੰਟੇ ਦੀ ਚਰਚਾ ਵਰਗੇ ਨਿਯਮ ਸ਼ੁਰੂ ਕੀਤੇ ਗਏ। ਰਾਸ਼ਟਰਪਤੀ ਦੇ ਉਦਘਾਟਨੀ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਤੇ ਚਰਚਾ ਵੀ ਉਹਨਾਂ ਨੇ ਸ਼ੁਰੂ ਕੀਤੀ। ਸਰਕਾਰ ਦੀ ਵਿਵਸਥਾ ਵਿੱਚ ਸੰਸਦ ਦੀ ਸੁਤੰਤਰਤਾ ਤੇ ਸਰਵਉੱਚਤਾ ਯਕੀਨੀ ਬਣਾਉਣ ਲਈ ਮਾਵਲੰਕਰ ਨੇ ਸਿੱਧੇ ਪ੍ਰਧਾਨ ਅਧਿਕਾਰੀਆਂ ਦੇ ਨਿਯੰਤਰਣ ਵਿੱਚ ਸੰਸਦ ਦੇ 1 ਸਕੱਤਰ ਦੀ ਪਰਿਕਲਪਨਾ ਕੀਤੀ। ਸਤਾਈ ਫਰਵਰੀ 1956 ਨੂੰ ਅਹਿਮਦਾਬਾਦ ਵਿੱਚ ਮਾਵਲੰਕਰ ਦੀ ਮੌਤ ਕਾਰਨ ਉਹ ਸਪੀਕਰ ਦੇ ਅਹੁਦੇ ਤੇ ਕਾਰਜਕਾਲ ਪੂਰਾ ਨਹੀਂ ਕਰ ਸਕੇ। ਉਹਨਾਂ ਨੇ 5 ਦਹਾਕਿਆਂ ਤੱਕ ਨਿਸ਼ਕਾਮ ਸੇਵਾ ਨਾਲ ਸਪੀਕਰ ਦੇ ਦਫ਼ਤਰ ਅਤੇ ਭਾਰਤ ਦੀ ਸੰਸਦ ਤੇ ਆਪਣੀ ਸ਼ਖਸੀਅਤ ਦੀ ਗਹਿਰੀ ਛਾਪ ਛੱਡੀ। ਅਸੀਂ ਇਸ ਮਹਾਨ ਸ਼ਖਸੀਅਤ ਨੂੰ ਸਲਾਮ ਕਰਦੇ ਹਾਂ। ਅੱਜ ਅਸੀਂ ਪ੍ਰਸਿੱਧ ਹਿੰਦੀ ਕਵੀ ਹਰਿਵੰਸ਼ ਰਾਏ ਬੱਚਨ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਦਾ ਜਨਮ 27 ਨਵੰਬਰ 1907 ਨੂੰ ਹੋਇਆ ਸੀ। किस पथ से जाऊं असुमंजस में है वो भोला पाना, अलग अलग पथ बतलाते सब पर मैं ये बतलाता हूँ, राह पकड़ तू एक चला चल पा जाएगा मधुशाला।
महान अभिनेता अमिताभ बच्चन के पिता हरिवंश राय बच्चन उस समय पलके वड्डे हुए जब भारत ब्रिटिश साम्राज्यवाद तो सुतंत्रता हासिल करने लई यतन कर रहा सी। वह अहिंसा ते गांधीवादी दर्शन तो काफ़ी प्रभावित हुए सन। आओ असी उन्हां नूं 15 अगस्त 1947 नूं भारत की सुतंत्रता नूं समर्पित उन्हां दी कविता आजादी दे गीत दे माध्यम नाल याद करदे आं। हम ऐसे आजाद, हमारा झंडा है बादल, चांदी सोने हीरे मोती से सस्ती गुड़िया, इनसे आतंकित करने की बीत गई घड़िया, इनसे सजरज बैठा करते जो हैं कठपुतले, हमने तोड़ अभी फेंकी है बेड़ी हथकड़ियां, परंपरागत पुरखों की हमने जागृत की फिर से, उठा शीश पर रखा हमने हिमकिरीट उज्जवल, हम ऐसे आजाद, हमारा झंडा है बादल।